اللهم صل على محمد وعلى محمد جل بيتي وصلوات بآواز بلند اللهم صل على محمد وعلى محمد معصوم دي احمد واسطه بھی صلوات بآواز مجلس نے قبولیت واسطے بھی شلوار سارے بھی نعرہ تکبیر نعرہ تکبیر نعرہ رسالت یا رسول اللہ نعرہ رسالت نعرہ حیدری یا قربان حیدری ایک شلوار سارے قربان أعوذ بالله من الشيطان اللعين الرجيم بسم الله الرحمن الرحيم الحمد لله رب العالمين والعاقبات للمتقين وجنة المؤمنين ونار للكافرين والمنافقين صلاة وسلام على من كان نبيا وآدم بن ماء والتين صلوات صالحة سيد سكرامين وشمس المشرقين والمغربين جد العزن الحسين أبو القاسم محمد الزارب بالشايفين والدعين بالرماين دربة عليهم في يوم الخندق أفضل من عبادة شكرا وأولد شبتاوين يلسن الحسين باواز بلند صلوات دعا ہے بادشاہ تواڈا ٹورا قبول فرما بابا جا شاہ بادشاہ دا سایا ساڈے سر تے مولا سلام ہے ہر تکلیف تو پیشوا محفوظ فرمائے عزت مقام اتنی ہو گئے سوچن تو اس کو بھی زیادہ ایمانی دعا ہے جتنے چہرے بیٹھے ہو خدا اتنی دیر تک موت نہ دے وے جتنی دیر تک بہن بھرا دی نگری اکھانا مرے صدا جی ہو آباد شاد رہو انشاءاللہ 16 شوال کانجو صاحب دے میں تے ویسے ہی اس سے باہر ہی دے منا رہا تو ملک دے سارے ذاکر مسکین بھی صدا جی ہو آباد شاد رہو ایک مضمون جناب دی نظر کرتا گرمی دا واقعی بہت زیادہ ہے تو نیتی بیٹھے اور تقاضا نہ ہو سی بولن والے قرآن دی مجلس ہے
ਅਸਾਂ ਹਾਂ ਇਹ ਜ਼ਿਕਰ ਹੈ ਅਸਾਂ ਨਾ ਹੋਸ਼ ਜ਼ਿਕਰ ਹੋਸ਼ ਜੈਸਾ ਵੀ ਮੌਸਮ ਹੈ ਜ਼ਿਕਰ ਤੇ ਹੈ ਉਹ ਬੰਦਾ ਬਖਤਾਂ ਲਾਇਆ ਜਿਸ ਬੰਦੇ ਨੂੰ ਨਵਾਬ ਕਰਬਲਾ ਦੀ ਸਫ਼ੇ ਮਾਤਮ ਤੇ ਬੈਠ ਕੇ ਕੋਈ ਤਕਲੀਫ ਆਏ ਬਾਤ ਯਾਦ ਰੱਖ ਇੱਥੇ ਸਕੂਨ ਨਾ ਲੱਭਿਆ ਘਰ ਨਵਾਬੀ ਘਰ ਜਾ ਕੇ ਅੱਜ ਕਿਹੜਾ ਬੰਦਾ ਹੈ ਸਾਰਿਆਂ ਦੇ ਘਰ ਪੱਕੇ ਏਸੀ ਲੱਗੇ ਹੋਏ ਘਰ ਜਾ ਕੇ ਸ਼ਬੀਰ ਦੀ ਸਫ਼ੇ ਮਾਤਮ ਤੇ ਬੈਠ ਦੁਆ ਕਰਿਆ ਕਰ ਕੋਈ ਤਕਲੀਫ ਚ ਗੁਜ਼ਾਰੇ ਜਿਤਨੀ ਤਕਲੀਫ ਇੱਥੇ ਆਸੀ ਉਤਨਾ ਸੁੱਖ ਅੱਗੇ ਹੋ ਸੀ ਬਾਤ ਮੇਰੀ ਯਾਦ ਰੱਖੀ ਹਾਂ ਹਾਂ ਮੈਂ ਬਿਸਮਿਲ੍ਲਾਹ ਅੱਲਾਹ ਦਾ ਨਹੀਂ ਕਰ ਹੱਜ ਦਾ ਮੌਕਾ ਹੈ ਮਜ਼ਮੂਨ ਰੋਜ਼ ਹੀ ਜ਼ਾਕਿਰ ਪੜ੍ਹਦੇ ਨੇ ਕੋਈ ਵਾਕਿਆ ਐਸਾ ਹੈ ਹੀ ਨਹੀਂ ਜਿਹੜਾ ਮੋਮਨਾਂ ਨੂੰ ਯਾਦ ਨਹੀਂ 1400 ਸਾਲ ਗੁਜ਼ਰ ਗਏ ਰੋਜ਼ ਇਹੋ ਕਹਾਣੀ ਹੈ ਇਹੋ ਦਾਸਤਾਨ ਇਹੋ ਹੀ ਨਸੀਬ ਹੋਏ ਦਿਲ ਬੋਲੇ ਤਾਂ ਬੋਲੀ ਨਹੀਂ ਤਾਂ ਤੇਰਾ ਬਾਣਾ ਹੀ ਬੜੀ ਇਬਾਦਤ ਹੈ ਗਰਮੀ ਇਤਨੀ 'ਚ ਬਾਣਾ ਤੇਰਾ ਬੜੀ ਇਬਾਦਤ ਤੇ ਜੇ ਇਤਨੀ ਗਰਮੀ 'ਚ ਬੈਠਾ ਹੈ ਤੇ ਜ਼ੁਬਾਨ ਹਿਲ ਪਈ ਫਿਰ ਤਾਂ ਬੜੀ ਬਾਤ ਬਣ ਗਈ ਹਾਂ ਹਾਂ ਫਿਰ ਤਾਂ ਸੋਨੇ ਤੋਂ ਸੁਹਾਗਾ ਹੋ ਗਿਆ ਨਾ ਉਂਝੇ ਤਾਂ ਤੇਰਾ ਬਾਣਾ ਹੀ ਬੜੀ ਇਬਾਦਤ ਹੈ ਇਤਨੀ ਗਰਮੀ ਦੇ ਵਿੱਚ ਉੱਥੇ ਦੇਖਾ ਬੰਦੇ ਨੂੰ ਆਖ 2000 ਰੁਪਏ ਤੇ ਇੱਥੇ ਬਹਿ ਵਾਕੇਗਾ ਮੂੰਹ ਤੇ ਮਾਰਾਂਗਾ ਮੇਰੇ ਕੋਲੋਂ ਲੈ ਤੂੰ ਬਹਿ ਇਹ ਕਮਾਈ ਹੈ ਨਾ ਇਹੋ ਤੇ ਕਮਾਈ ਹੈ ਮੈਂ ਬਿਸਮਿਲ੍ਲਾਹ ਕਰਾਂ ਮੈਂ ਬਿਸਮਿਲ੍ਲਾਹ ਕਰਾਂ ਹੱਜ ਦਾ ਮੌਕਾ ਹੈ ਲੋਕ ਤਵਾਫ ਪੇ ਕਰਦੇ ਨੇ ਇੱਕ ਔਰਤ ਤਵਾਫ ਪੇ ਕਰਦੀ ਉਸਦੇ ਪਿੱਛੇ ਇੱਕ ਮਰਦ ਤਵਾਫ ਪੇ ਕਰਦਾ ਮੇਰੀ ਆਵਾਜ਼ ਆ ਰਹੀ ਨਾ ਪਿੱਛੇ ਤੱਕ ਅੱਛਾ ਬਲਾ ਹੋਵੇ ਤੁਹਾਨੂੰ ਸਦਾ ਜੀ ਹਵਾ ਚੱਲੀ ਉਸ ਹਵਾ ਨੇ ਕਿਬਲਾ ਉਸ ਔਰਤ ਦੇ ਬਾਜ਼ੂ ਤੋਂ ਕੱਪੜਾ ਹਟਾ ਦਿੱਤਾ ਇਲਮ ਦੋਸਤ ਦਾ ਹੀ ਵਿੱਚ ਕੱਪੜੇ ਦਾ ਹਟਣਾ ਉਹ ਪਿਛਲਾ ਜਿਹੜਾ ਮਰਦ ਆਈ ਉਸਨੇ ਆਪਣਾ ਹੱਥ ਉਸਦੇ ਬਾਜ਼ੂ 'ਤੇ ਰੱਖਿਆ ਔਰਤ ਨੇ ਬੜੇ ਗੁੱਸੇ ਨਾਲ ਵੇਖਿਆ ਬਾਬਾ ਜੀ ਇਤਨੀ ਬੜੀ ਇਬਾਦਤ ਪੇ ਕਰਨੀ ਆ ਜਾਣ ਪਹਿਚਾਣ ਨਹੀਂ ਸਲਾਮ ਦੁਆ ਨਹੀਂ ਵਤਨ ਇੱਕ ਨਹੀਂ ਇਹਨੇ ਮੇਰੇ ਬਾਜ਼ੂ 'ਤੇ ਹੱਥ ਕਿਉਂ ਰੱਖੇ ਇਸ ਮੇਰੀ ਇਬਾਦਤ ਖਰਾਬ ਕੀਤੀ ਉਹ ਗੁੱਸੇ ਨਾਲ ਲਿੱਠਾ ਉਸ ਔਰਤ ਨੇ ਉਸ ਮਰਦ ਨੂੰ ਉਸ ਮਰਦ ਨੇ ਡਰ ਕੇ ਤੇ ਹੱਥ ਜੁਦਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜੁਰਮ ਆਈ ਬਹੁਤ ਬੜੇ ਘਰ ਚ ਸਬਰ ਕਰੇ ਤਾਂ ਮੈਂ ਤੈਨੂੰ ਕੁਛ ਸੁਣਾਉਣਾ ਉਹ ਬਾਬਾ ਜੀ ਹੱਥ ਜੁਦਾ ਨਾ ਹੋਇਆ ਮੁੜ ਕੋਸ਼ਿਸ਼ ਕੀਤੀ ਮੁੜ ਹੱਥ ਜੁਦਾ ਨਹੀਂ ਮਜ਼ਾ ਉਸ ਬਾਤ ਦਾ ਹੁੰਦਾ ਹੈ ਜਿਹੜਾ ਔਖੀ ਗੱਲ 'ਤੇ ਬੋਲਿਆ ਜਾਵੇ ਲੋਕ ਵਿੜ ਗਏ ਹਾਂਜੀ ਬਾਈ ਜੀ ਇਹਦੇ ਬਾਜ਼ੂ 'ਤੇ ਹੱਥ ਰੱਖਿਆ ਉਠਾਓ ਇਹ ਕਿਉਂ ਉਸਦਾ ਬਾਜ਼ੂ ਨਾ ਪਿਆ ਜੀ ਬਸ ਮੇਰੇ ਕੋਲੋਂ ਗਲਤੀ ਹੋਈ ਜੀ ਹੈਂ ਇਹ ਕੋਈ ਰਿਸ਼ਤੇ 'ਚ ਨਹੀਂ ਕੋਈ ਜਾਣ ਪਹਿਚਾਣ ਨਹੀਂ ਆਵਾਜ਼ ਚੱਲੀ ਇਸਦਾ ਬਾਜ਼ੂ ਤੂੰ ਕੱਪੜਾ ਹਟਿਆ ਮੈਂ ਇਸਦੇ ਬਾਜ਼ੂ 'ਤੇ ਹੱਥ ਰੱਖ ਦਿੱਤਾ ਤੈਨੂੰ ਸ਼ਰਮ ਨਹੀਂ ਆਉਂਦੀ ਹਯਾ ਨਹੀਂ ਆਉਂਦਾ ਏਡੇ ਵੱਡੇ ਘਰ ਦੇ ਵਿੱਚ ਚੱਲ ਆਪਣਾ ਹੱਥ ਹਟਾ ਜੀ ਮੈਂ ਹਟਾਉਣਾ ਹਟਦਾ ਨਹੀਂ ਹਜ਼ਾਰਾਂ ਸਲਾਮ ਹੈ ਤੇਰੀ ਸਮਝ ਤੂੰ ਸਦਕੇ
اس زبان نے بولنا ہے جدی زبان اوکھے پسند ہے بولن دے وچ بسم اللہ کرا پتہ جی بچیاں دی زندگی ہن 14 دے ذکر زبان او بول دی ہے جس نو 14 پسند کر دے صدا جی بھلا ہونے ہزار سلام اے جدا نہیں پیا ہوندا جی نہیں ہوندا کوشش کر جی نہیں ہوندا ہی نہیں پیا کوشش کی کر لوگاں فیصلہ کیتا کہ وقت دے قاضی کو لے کے چلو اس ویلے فیصلے قاضی کردے ہیں حاجی صاحبان بیٹھے ہیں آج بھی فیصلے قاضی کردے ہیں لیکن آج ڈنڈیاں مار دے اپنے علی ہور تے دوسرے علی ہور ہاں وقت دے قاضی کو لے چلو قاضی صاحب جو فیصلہ کرن لے کے وقت دے قاضی کو سلام علیکم سلام میں 5-4 منٹ دی تمہید ہوں قاضی صاحب ہے طواف کر دیا ہوا چلی اس عورت نے بازو تو کپڑا ہٹیا ہے اچھا اس مرد نے اس نے بازو تے ہاتھ رکھیا ہے یہ رشتے چ کچھ نہیں لگ دے کوئی جان پہچان نہیں تے ہن جدا کردا ہے ہاتھ تے ہاتھ نہیں پیاوندا تسا قاضی ہو فیصلہ قاضی آخیا بھی رشتے چ کچھ لگدی نہیں کوئی جان پہچان ہے نہیں پھر اندے بازو تے ہاتھ کیوں رکھے جی میرے کو گناہ ہویا بول گیا جی گناہ ہو گیا قاضی آخیا پھر تیری سزا تیرا ہاتھ کٹیا جائے تاکہ کٹے ہوا ہاتھ تین جتھے نظر آوے تین پتہ لگے جرم کتھے کیتا اللہ زندگی کرنے خدا عبادت قبول فرمانا جوانی نصیب ہونے بھائی تھوڑی سمجھ تو سب جی بابا بسم اللہ کرا میں بسم اللہ کرا سدا جیو کمی صاحب نہ میرا بہت واسطہ ہے محمد عباس کمی صاحب نہ اس مجلس دا انہاں بار بار میں حکم کیتا پھر حاضری ضروری ہے تو اگے الحمدللہ ماحول سونا بنا دیتا دل گرمی تو ہے مجلس پڑھن تے بنتا پیا ہے تہن بھی مولا بادشاہ سدا جی وہ تھوڑی زیارتاں بھی ہو گئی 70 آخ لگ ہاتھ کٹو بھائی اس کا اے قاضی صاحب کوئی گنجائش کوئی معافی کوئی جرم ہو جائے تو معافی منگے تو مل جان دی جرم ہو گیا معافی قاضی آخا نہیں میری ضرورت ہی نہیں میری طاقت ہی نہیں میں تینوں کیویں معاف کراں میں کوئی اتھوں دا وارث ہاں جو تینوں معاف کر دے تیری مرضی ہے جیسے شطر نے سمجھی تو مرضی میں بسم اللہ او بھائی یہ چوک چ تو جرم نہیں کیتا مطمئن ہو گیا ہزاروں سال یہ کسی بازار دے چوک ہی تو جرم نہیں کیتا کسی لاری اڈے تے کھلو کے جرم نہیں کیتا جرم کیتا تو خدا دے گھر دے وچ تے معاف میں کون دیوان والا معافی خدا دے گھر وچ جرم ہوے تے میں معاف کردا وہ کر سکتا ہے جیڑا کوئی کعبے دا وارث ہو جوانی امان ہے پیچھے تک زبان ہلاوے آئے پیچھے تک سارے مل کے ہے دری سدا جیو بلا نے واہ جی بابا جی بسم اللہ کرو امام زمانہ تھوڑی میں کو وارث ہاں وارث کر سکتا تین پتہ نہیں کتنا کو بڑا گھر ہے اتوں دے وارث جڑے
قاضی صاحب کوئی ایسی عدالت ہے جس سے اپیل کراں میرا ہاتھ نہ کٹیچے؟ قاضی آدھا ہاں ہے، مہربانی کرو ہاں اس دا پتہ دس۔ قاضی آدھا پتہ تے تر دساں جے عدالت ایک مقام تے لگ دی ہوئے، جتے انہاں دا دل کرے اتے عدالت لا لے۔ قاضی صاحب پڑھے لکھے ہو، پنچایتاں دے فیصلے کرن والے ہو، قاضی ہو، میں جرم اتھے کیتا سزا مینوں اتھے مل سی، میں کسی اور ملک تے چلے جاؤں تسی سزا دے سو؟ نہیں، اتھے آساں تے دے سو، اتھے آتا تسی آکھیا جتھے مرضی عدالت لے لے، ذاکری چھڑ کے گھر لگا جا ساں، جے دل پسلیاں چاہی تے بولنا ضرور ہے، تڑپنا ضرور ہے، گل انہاں دے نال جنہاں دے دل چودہ دی محبت ہے، دوسرے نال کیتی کدائی نہیں، دل بولے تے بولی۔ میں ستر اتنی بڑی آکھے لگا قاضی صاحب مجرم اتھوں دا، مینو سزا پاکستان جاوا تو نہیں دے سکتے، اتنے آوا تو پھر دے سو، ایویں گل ہے ایویں، تو تسی آدھے پہ جتے مرضی عدالت لا لو۔ قاضی آخیا تینو علم ہی نہیں، تو جاندے نہیں جس عدالت دی میں گل کیتی ہے، مجرم بھاویں عرش دا بھی ہووے معاف و فرش تے بھی کر دیتے ہیں۔ اللہ تیری عبادت قبول فرمائے، جڑی زبان جی بسم اللہ کرنا چاہ بھلا ہوئے چاہ، جی جی بسم اللہ کرنا جوانی نصیب ہوئے چاہ۔ فطرت جڑا یہ مجرم کتوں دا جڑے چوپ بیٹھے ہو، کتوں دا عرش دا؟ معافی کتے ملی ہے فرشتے کے آخیا اس نے جو سزا ملی ہے؟ میرے جہاں کوئی سونا ہے تیری زبان چ گل پہ کرنا ہے؟ سزا ملی میں تو پسند ہی نہیں نہ کرتا، کبلا بار بار جڈا آمن جھڑ جان، جڈا آمن جھڑ جان۔ ہاں جڑے ویلے تیرے بادشاہ دی آمد ہوئی ہے نا ترائے شعبان نو، اے آمد ہون دی نا دی، اے جمدے نہیں، پس مولوی آدن جمدے نہیں، جتھے دے واسی ہوتے جمن دے رواج ہی کوئی نہیں، اے جڑے ملک دے واسی نہیں ہوتے جمن شمن کوئی نہیں، انہ دی آمد ہون دی۔ اللہ اکبر، صدا جیو سی سرکار، آمد تے عادل فرمایا جبرائیل جی جاؤ سارے جاؤ، کتے میرے محبوب دے گھر، جاؤ تے مبارک دیو۔ اے گزر ہویا اس جزیرے چوں، توجہ کریں، وہ جزیرے چوں گزر ہویا، اے اتھے آئی تو بولیا بھائی جبریل ہیں، ایک سلوات تے پڑھو، توجہ ہے جی، بھائی جبریل ہیں جی، مہربانی کر، اج گزر ہی پیا اتھوں دی بھی، تے کدے جا رہے ہو؟ ویکھی میرے پاس ہے، یا انہوں نماز نہ سدیا کر، یا دے چینجیں جنہ کریا کر، یا نماز نہ کیا کر، ساڑی نماز ہے تو جے تیری نماز ہے تو آپ ہی کیوں کہی جانا میری قبول نہیں، میری قبول نہیں، لے قبول کریا کر، آپ ہی فیصلے کیتی جان دے ہیں، آپ ہی دسی جا رہے ہیں میری کوئی قبول نہیں۔ بھائی جبرائیل کدے جا رہے ہو؟ فرمایا تینوں نہیں پتا دین دی لج آئی ہے، بیدار ہوئی، دل بول دے تے بولی، کیسڑ یاد نہیں ہے، محنت ہے، جدی محنت ہوئے پھر محنت تے بولی دا دین دلا جی۔ امام حسین بادشاہ او فرمایا موقع بڑا چنگا ہے، تو پیٹی پر آئے یار، پر آئی پر آما دے کام آن، مہربانی کر کھا مینو بھی لے چل، ہاں آئے مینو بھی لے چل، ہاں
मैं बंदा वेखना है केड़ा नहीं बोलता, जेड़ा ना बोलिया कबर च भी नहीं उस बोलना, याद रखना। गाली एडी वड्डी करन उठा लिया, उठा के लै आए। कुछ मोर के लिखते मस्जिद च नबिया दे सरदार झोली पाई बैठे इमाम हुसैन बादशाह, कुछ लिखते सरकार पींगे चन ज्यादा रवाय ते झोली च। अल्लाह अकबर, बादशाह की कसम ये डर तो जबरील आके बाहर रहन दियो, एडी खुशी है ये कोड़े नु किथे अंदर ले जाना, इत्थे बाहर रहन दियो। लै भाई इत्थे तैनू कदी लंघणगे ना इत्थों ते कर लईए ना किसे, असीं नहीं तैनू अंदर ले जा सकते। जबरील अंदर कदम रखिया, सरकार फरमाया ओनू क्यों लाया ही लाया आए। नबी गैब नहीं जानता, तेरा अब्बा जानता गैब, नबी नहीं जानता। अल्लाह कब्रों का एहतराम, सजदा हराम, राती बात बाकी जो है वहां आ जाना मस्जिद में वहां कर। ओहो सरकार फरमाए ले आओ, ले आओ। जेड़े वेले उठाया तो लैके आए, वेखी मेरे पास जेड़ा शब्बीर दे तले कपड़ा हा रखन दी लोड़ कोई ना, लेकिन कोई राज आई नबी ओ कपड़ा कड के इवें फरमाया, फरमाया देते मलो मल दे गए शफा आंदी गई। गल ए करन लगा शफा आई तो परो बार अगे नालो ज्यादा, अगे नालो सोने अपने आप नु हुसन च डिठा, अगे नालो सोना एडा हुसैन दे के ते फिर आख्या मेरे जिया कोई है। जबरील आख्या खुदा दा नां कांजू साहब नजर तुहाडे इक सत्र करन लगा। जबरील आख्या या वेख इन्नी मुद्दत हो गई इस काम तो जनाब ना उथे ये कुछ होया, अज परोबार ते सोना होया ते फिर ओही गल कीती। फरमाया हुण किसे दी ताकत नहीं जेड़ा मेरे ते अजाब करे, हुण मैं आम नहीं मैं हुसैन दा आजाद करदा गुलाम। जिनू हुसैन आजाद कर दे ओहदे ते अजाब नहीं होंदे। जवानी नसीब होवे, हिस्से मिल गए बच्चों की जिंदगी होनी सदा जियो। अदा काश केस मेरा हुसैन की अदालत च लगता। अतंबा काजी आख्या कट्टो हाथ, जल्लाद हाथ कट्टन आया। काजी आख्या रुकी यार, सजावां बड़ियां दित्तियां लेकिन दिल नहीं डरिया, आए दिल पे डरदा इन सजा दे के। मैं दसो किसी ने किसी मासूम नू हज ते वेख्या होवे, एक बंदा विच बोलिया उस आखे जी अखा ना रात इमाम हुसैन नू वेखे हज ते, जेड़े बंदे सतर जाया कीती उस बंदे मेरा कतल कीता है। जेड़ा आख्या रात काजी आदा रुक जाओ फैसला हो गया। लोग आख्या जी काजी ओ की फैसला हो गया, काजी आख्या गौर नाल सुनो भावे मैं काजी हाँ, अगर मासूम मौजूद होवे इस जुमले दी दुआ तुहाडे कोलों है। काजी आख्या याद रखना मासूम मौजूद होवे फिर मासूम दी मौजूदगी विच गैर मासूम फैसला करे ते हराम दा होंदा है। बह के सोची मैं तेनू की दे के गया, मासूम दी मौजूदगी विच गैरे मासूम नहीं फैसला कर। मासूम जो जानता है मासूम बेहतर जानता है। आओ इसनू लेके इमाम दे कोल लै आए, सलाम कीता ते काजी बैठे ते काजी आख्या बादशाह इवें तवाफ दे दौरान हवा चली इसदे बाजू तो कपड़ा हटिया ते इस मर्द ने सरकार फरमाया काजी चुप कर, केस तुहाडियां अदालतां च दसे जांदे हुसैन दी अदालत च नहीं। हाय हाय थक पिया तो तेरा अपना नसीब। मैं तो तेने पहले आके कुमी साहब बिरा इन हुक्म इताद नहीं है। तुहाडियां अदालतां च साढ़े च नहीं। हाँ भाई जद रिश्ते च कुछ नहीं लगती
اس نماز اتنے ہاتھ کیوں رکھے؟ گناہ ہو گیا، گناہ ہویا تو سزا تیری ہوئی ہے جڑی قاضی پٹو ہاتھ میرا ہاتھ کٹن تو بچاؤ، تھوڑے سامنے وعدہ ہوا اگوں یہ گناہ نہ ہو سکے، تھوڑے سامنے وعدہ پیا کرنا. معصوم اس عورت نے فرمایا معاف کرنی جس ستر سمجھی لطف لیسی معاف کرے نہیں. اس کیا بادشاہ میں نہیں پتا یہ سچا ہے یا جھوٹا ہے، میں اتنا جاننی ہے معافی منگی ہے تواڈے سامنے تے امام دے سامنے اس آخیا معاف کر دیو تے اگیوں جے جرم نہ کرے سا. اگر ہن میں تے امام سامنے معافی منگدی، اگر میں ہن معاف نہ کراں میں خود مجرم بن جاواں. ہائے 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 میں بسم اللہ کراں حصہ مل گیا وے میں خود مجرم بن جاواں. مولا تواڈے سامنے معافی میں معاف کرنی. معصوم فرمایا خدا تیرے بخت بلند کرے. امام دعا دے انج ہاتھ بلند کر دیا ہے، اس دا ہاتھ بازو تو ہٹتا ہے. ہائے 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 سدا جیو چا جڑے محنت پرست لوگ بیٹھے سلام کر ٹور گئے، لوگ ٹور گئے ختم. بھائی نو ٹائم دے قاضی ٹور گئے. معصوم اس بندے نے فرمایا جا تو بھی چلا جا تے اج دے بعد ایسا گناہ نہ کر. اس آخر باقی دی زندگی تھوڑے نال گزار سا. معصوم فرمایا چلا جائیں بہتر ہے، نہیں گناہ تو بچنا چاہنا، باقی دی زندگی تھوڑے قدم چ گزار سا گناہ تو بچ سا. معصوم فرمایا غور نال پھر میری گل سن، اگر میرے نال گزارنی ہے زندگی باقی دی تو پھر یاد رکھیں اج تیرا جرم سی، جرم دی سزا سی ہاتھ کٹنا. میں تیرا ہاتھ کٹن تو بچایا، ایڈے وڈے گھر چوں تینوں معافی میں لے کے دیتی اس جرم دی. میں حسین دا کام آئی، اگر میرے نہ رہنا تو پھر میری ایک گل یاد رکھی، بے جرم جمال کسے دے ہاتھ نہ کٹ. واہ 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 ایڈی سونی مکان ہو گئی بھائی، بچیاں دی زندگی ہونے بھائی بڑا بھلا ہوئے. میں بسم اللہ ایڈی گرمی تو اتنی سونی مکان، میں بسم اللہ کراں بچیاں دی زندگی ہونے، میں بسم اللہ کراں. ہیں بس ایک دو بھائی ادا انجنا ہو سی. معصوم فرمایا یاد کروے سا، وقت گزر گیا اور میرے بعد بھی میں ہی پڑھنا. دو سترہ دو بہن بھائی نے وقت دیا دھیان دے پردے انہیں وطن لیا ہے. اٹھ گھوڑے چریں دا تاریخ دان لوگ بیٹھے نواب کربلا دی سواری اٹھ گھوڑے چریں دا. اللہ وقت گزرتا آیا اللہ زندگی کرے قدیم دے سنن والے بیٹھے دھیاں دے پردے ہونے جی لکھوار یا کہاں ہیں شبیر وطن چھوڑن لگا. میں ساری گل چھوڑ دیتی، امام اس نو سدے فرمایا ہوں میں تینوں آزاد کرنا جا ٹر جا. اس سفر چ تو میرے نال نہ ون، اس سفر چ میڈیاں بہناں نال. واہ واہ اس سفر چ میڈیاں دھیاں نال تیریاں دھیاں دے پر ادا نہیں بادشاہ میں نال رس سفر چ نال ٹر پے. ایک مقام تے امام نماز پڑھن لگے، امام کمر بند لہا کے اس نے دیکھ. میں ساری گل چھوڑ آیا، میرا کمر بند نہ پ میں نماز پڑھ لا. امام نماز شروع کیتی ہے، بزرگ نہ سمجھن دکھ لگ سی جڑے بچے بیٹھے ہو، یہ غور نال امام دا کمر بند بہدا آیا. اے بچیاں نو سمجھاون واسطے معمولی کمر بند نہ شاہی کمر بند ہے، اس تے ہیرے تے جواہرات لگی ہویا اے جناب سجاد تے نانکیاں تیرے مولا نو تحفے چ کمر بند دتا. ہن سمجھ آ گئی نہیں شاہی کمر بند ہے، اے ویکھدا آیا ہے ہر ہیرا ہر جواہرات. امام نماز مکئی کی کمر بند ودائے، امام فرمایا لے لے تینوں سونا لگدا ہے صدقہ. ہاں تیاری کری تیاری کری تیاری کری بچیاں دی زندگی ہو گئی. میں بسم اللہ کرا لے لے تین سونا لگتا ہے، اتھے جگہ مل جائے چھتی باہن دی کوشش کرنا.
ਮਸਾਏ ਵਿੱਚ ਪੌਣਾ ਘੰਟਾ ਨਹੀਂ ਲਾਈਦਾ, ਮਸਾਏ ਵਿੱਚ ਜੁੱਤੀਆਂ 'ਚ ਵੀ ਦਿਲ ਆਵੇ। ਅੱਲਾ ਤੇਰੀ ਜ਼ਿੰਦਗੀ ਕਰੇ। ਫਰਮਾਇਆ ਲੈ ਲੈ ਤੈਨੂੰ ਸੋਹਣਾ ਲੱਗਦਾ, ਨਹੀਂ ਤੁਹਾਨੂੰ ਸੋਹਣਾ ਲੱਗਦਾ, ਇਮਾਮ ਮਦਨ ਮੈਂ ਆਪ ਪਿਆ ਦੇਣਾ, ਲੈ ਲੈ ਇਹਨੂੰ ਤਕਲੀਫ ਨਾਲ ਜੁਲਾਹਾਵਣਾ ਹੀ, ਮੈਂ ਤੈਨੂੰ ਹੱਥੀ ਪਿਆ ਦੇਣਾ, ਲੈ ਲੈ ਖਾਂ ਅਦਾ, ਨਹੀਂ ਤੁਹਾਨੂੰ ਸੋਹਣਾ ਲੱਗਦਾ। ਦਾਵੀ ਦੀ ਰਾਤ ਉਲਮਾ ਬਿਆਨ ਕਰਦੇ ਨੇ, ਇਮਾਮ ਇਸਦਾ ਹੱਥ ਨੱਪ ਕੇ ਇੱਕ ਕੱਲੇ ਖਾਇਮੇ 'ਚ ਲਾਇਆ। ਇਮਾਮ ਫਰਮਾਇਆ ਵੇਖ ਪੈਰਾਂ ਤੋਂ ਸਰ ਤੱਕ ਮੇਰੇ ਬਦਨ ਤੋਂ ਜਿਤਨਾ ਲਬਾਸ ਹੈ, ਦੱਸ ਜਿਹੜੀ ਸ਼ੈ ਸੋਹਣੀ ਆਈ ਮੈਂ ਲਹਾ ਦੇਵਾਂ। ਇੱਕ ਸਤਰ ਆਖੇ ਲੱਗਾ ਹਾਏ ਨਾ ਨਿਕਲੀ ਦੁੱਖ ਲੱਗ ਸੀ, ਇਮਾਮ ਫਰਮਾਇਆ ਮੈਂ ਇਮਾਮ ਜਾਨਣਾ ਹੈ, ਮੁੰਦਰੀ ਤੈਨੂੰ ਬੜੀ ਪਸੰਦ ਹੈ, ਇਹ ਲੈ ਲੈ ਅਦਾ, ਨਹੀਂ ਤੁਹਾਨੂੰ ਸੋਹਣੀ ਲੱਗਦੀ ਹੈ। ਸੈਦ ਅਦਾ ਮਾਰਨ ਦੇ ਬਾਅਦ ਔਖੀ ਲਾਣੀ ਆਈ, ਅੱਲਾਹ ਅਕਬਰ, ਹੁਣ ਪਿਆਰੇ ਨਾ ਅਦਾ, ਨਹੀਂ ਤੁਹਾਨੂੰ ਸੋਹਣੀ ਲੱਗਦੀ। ਇਮਾਮ ਫਰਮਾਇਆ ਮਾਰਨ ਦੇ ਬਾਅਦ ਮਾਰਨ ਨਾ ਆਵੀ, ਅਦਾ ਇੰਜ ਨਾ ਹੋ ਸੀ ਸੈਦ ਅਦਾ ਉਸ ਵੇਲੇ ਮਰੇ ਸੇ, ਜਿਹੜਾ ਮੇਰਾ ਛੁਡਾਵੇ ਨਾਲ ਕੋਈ ਨਾ ਹੋ ਸੀ। ਧੀਆਂ ਦੇ ਪਰਦੇ ਉਹਨੇ ਖਤਮ, ਬਾਤ ਜ਼ਿੰਦਗੀ ਬਾਕੀ, ਬਾਈ ਨੂੰ ਵਕਤ ਦੇਵਾਂ। ਧੀਆਂ ਦੇ ਪਰਦੇ ਉਹਨੇ ਦਾਵੀ ਦੱਡਿਓਂ ਕੇ ਆਮਗਾ ਤਾੜ ਕੇ ਛੁਪ ਗਏ, ਪੁੱਤਰ ਫਿਰਾ ਬਤਰੀਜੇ ਮਰੀ ਗਏ, ਔਖਾ ਵਹਿਣ ਕੀ ਤਈ ਸਤਰ ਆਖੇ ਲੱਗਾ ਇਹ ਜੇ ਵੇਦੇ ਲਾਲ ਅੰਧਾਰੀ ਗੁੱਲੀਏ, ਜੇ ਸ਼ਬੀਰ ਦਾ ਬੜਾ ਨੁਕਸਾਨ ਕੀਤਾ, ਮੇਰਾ ਪੜਨਾ ਸੌਖਾ ਤੇਰਾ ਮੇਰੇ ਮੂੰਹ ਨੂੰ ਤੱਕਣਾ ਬੜਾ ਸੌਖਾ, ਇਸ ਅੰਧਾਰੀ ਚ ਏਡਾ ਨੁਕਸਾਨ ਹੋਇਆ, ਕਿਸੇ ਗਰੀਬ ਦੀ ਆਬਾ ਲੁੱਟ ਲਈ, ਕਿਸੇ ਗਰੀਬ ਦਾ ਇਮਾਮਾ ਲੁੱਟ ਲਿਆ, ਕਿਸੇ ਗਰੀਬ ਦੀ ਨਾਲਾਇਨ ਲੁੱਟ ਲਈ, ਵਾਹ 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 ਵਾਹ। ਇਹ ਬੇਗੈਰਤ ਵੀ ਆਪਣੀ ਕਾਇਮਗਾ ਛੋੜ ਕੇ ਉੱਠੀ ਖਲਾ ਗੰਜੇ ਸ਼ੌਦਾ ਚ ਆਏ, ਜਿੱਥੇ ਢੇਰ ਲਾਸ਼ਾਂ ਆਏ, ਆਦਾ ਸਰ ਨਾਲ ਕਾਇਨਾ ਹੈ, ਆਦਾ ਮੈਂ ਵੇਦਾ ਆਇਆ ਗੁਲੇਂਦਾ ਕਿਹੜੀ ਲਾਸ਼ ਹੁਸੈਨ ਦੀ ਹੋਵੇ, ਸਰ ਤੇ ਨਾਲ ਕੋਈ ਨਹੀਂ ਲਈ, ਆਦਾ ਮੈਂ ਡਿੱਠਾ ਹਰ ਲਾਸ਼ ਜ਼ਹਰਾ ਦੇ ਪੁੱਤਰ ਦਰ ਕਰਵਟ ਬਦਲੀ ਹੈ, ਜਿਹੜੇ ਬੰਦੇ ਦੀ ਅਜਾ ਤਾਈ ਆਏ ਨਹੀਂ ਨਿਕਲੀ, ਉਸ ਵੇਲੇ ਦਾ ਕਾਬਾ ਹੁਸੈਨ ਆਈ, ਨਮਾਜ਼ੀ ਦਾ ਹੱਕ ਕਾਬੇ ਦੇ ਪਾਸੇ ਮੂੰਹ ਕਰਕੇ ਨਮਾਜ਼ ਦਾ ਪੜ੍ਹਨਾ, ਲਈ ਨਾ ਮੈਂ ਨੇੜੇ ਲਗਾਇਆ ਮਾਫ ਕਰ ਛੋੜਾ, ਅਦਾ ਮੈਂ ਆਣ ਕੇ ਡਿੱਠੇ ਤੇ ਹੁਸੈਨ ਦਾ ਹੱਥ ਇਵੇਂ ਰੇਤ ਤੇ ਪਿਆ ਹੋਇਆ ਹਾ, ਅਦਾ ਹੁਸੈਨ ਦੇ ਸੱਜੇ ਹੱਥ ਚ ਇਸ ਅੰਗਲ ਦੇ ਵਿੱਚ ਮੁਦਰੀ ਮੌਜੂਦ ਆਈ, ਲਈ ਨਾ ਜਿਹੜੀ ਮੈਨੂੰ ਬੜੀ ਪਸੰਦ ਆਈ, ਬੇਗੈਰਤ ਅਦਾ ਉਸ ਵੇਲੇ ਮੈਂ ਕੋਲ ਬਹਿ ਗਿਆ, ਲਈ ਨਾ ਸੱਜੇ ਖੱਬੇ ਡਿੱਠਾ ਕਈ ਸ਼ਹਿ ਨਜ਼ਰ ਨਹੀਂ, ਆਦਾ ਮੈਂ ਬੜੇ ਆਰਾਮ ਨਾਲ ਮੁੰਦਰੀ ਲਹਾਉਣੀ ਸ਼ੁਰੂ ਕੀਤੀ, ਆਦਾ ਮੁੰਦਰੀ ਕੋਈ ਨਹੀਂ ਲੱਥੀ, ਜ਼ਾਲਿਮ ਆਦਾ ਦੂਜੀ ਮਰਤਬਾ ਜ਼ੋਰ ਲਾਇਆ, ਆਦਾ ਮੁੰਦਰੀ ਨੌ ਲੱਥੀ, ਆਦਾ ਮੇਰਾ ਤੀਸਰੀ ਵਰਜਾ ਜ਼ੋਰ ਲੱਗਿਆ ਤੇ ਮੁੰਦਰੀ ਨਹੀਂ ਲੱਥੀ, ਲਈ ਨਾ ਮੇਰੀ ਸਾਹਮਣੇ ਨਿਗਾਹ ਪੈ ਗਈ, ਆਦਾ ਇੱਕ ਟੁੱਟਾ ਹੋਇਆ ਤਲਵਾਰ ਦਾ ਟੋਟਾ, ਹਲਤ ਬੜਾ ਸ਼ਬੀਰ ਦਾ ਗਿਰਨਵਾ, ਲਈ ਨਾ ਉਹ ਜ਼ਰਬ ਤੇ ਮਾਰੀਏ, ਲੇਕਿਨ ਹੁਸੈਨ ਦਾ ਹੱਥ ਰੇਤ ਚ ਦੱਸ ਗਿਆ ਹੈ, ਮਾਤਮ ਕਰਨਾ ਤਾਂ ਮੈਂ ਤਾਂ ਦੇਖੀਆ ਤਾਂ ਮੈਂ ਦੂਜੀ ਜ਼ਰਬ ਮਾਰੀਏ ਹੋਰ ਹੱਥ ਰੇਤ ਚ ਦੱਸਿਆ ਹੈ, ਅੱਲਾ ਜਾਣਦਾ ਲਈ ਨਾ ਤਾਂ ਮੇਰੀ ਜੀਤ ਪਈ ਹੈ, ਹੁਸੈਨ ਦੀ ਲਾਸ਼ ਦੇ ਪਰਲੇ ਪਾਸੇ ਇੱਕ ਪੱਥਰ ਪਿਆ ਹੋਇਆ, ਬੇਗੈਰਾ ਦਾਦਾ ਉਹ ਚਾਹੀ ਆਇਆ ਕੋਈ ਪਰਦੇਦਾਰਾਂ ਦੇ ਵੇਣਾ ਦੇ ਰਹੇ, ਤੇਰੇ ਬੱਚਿਆਂ ਦੀ ਜ਼ਿੰਦਗੀ ਹੋਵੇ ਸਿਰ ਝੁਕਾ ਲੈ ਜੇ ਆਇਆ ਬੈਠਾ ਹੈ ਗਮ ਦੇ ਬਿਸਮਿਲ੍ਲਾ ਕਰਾ, ਲਈ ਨਾ ਦਾ ਉਹ ਚਾ ਕੇ ਔਖੀ ਸਤਰੇ, ਲੇਕਿਨ ਪਰਦਾ ਪੈਣਾ ਜੇਠ ਦਾ ਮਹੀਨਾ ਹੈ ਮੁਜਰਮ ਬਣਾ, ਮਲੰਗੇ ਤੇ ਇਸ਼ਾਰਾ ਕਰਕੇ ਆਦਾ ਕੋਈ ਪਰਦਾ ਨਹੀਂ, ਮੈਨੂੰ ਅੱਬਾਸ ਦੇ ਅਲਮ ਦੀ ਕਸਮ ਹੈ ਬੇਗੈਰਤ ਨੇ ਇੰਜ ਗਰੀਬ ਦੀ ਅੰਗਲ ਰੱਖੀ, ਲਈ ਨਾ ਤਾਂ ਮੈਂ ਏਡੇ ਜ਼ੋਰ ਦੀ ਜ਼ਰਬ ਮਾਰੀਏ ਮੁੰਦਰੀ ਨਹੀਂ ਨਾਲ ਅੰਗਲ ਕਪੀ ਗਈ, ਅਦਾ ਮੁੰਦਰੀ ਲਾਹੀਏ ਤੇ ਪਾਸੇ ਨਾਲ ਵੈਣਾ, ਮੁੰਦਰੀ ਲਾਹਾ ਲਈ ਅੰਗਲ ਵਲਾ ਰੇ, ਵਾਹ 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 ਵਾਹ।
भला हो गया, भला क्यों हाथ जोड़ता है, क्यों हाथ जोड़ता है, शामिल हो गई, शामिल हो गई, जिंदगी का पता नहीं। बिस्मिल्लाह जी बाबा जी, अल्लाह पर दे सलामत रखनी जी, किसे का मिच न रोवे जी, आख दे ना लानत कर दई। अल्लाह जानदा है बगैर दादा मैं डिठा है हुसैन दा कमर बंद मौजूद है, पता नहीं के सुजी आई गरीब गंडी ते गंडी दितियां होईयां, सैयदादा तेरी जात दी कसम है, लईना दा मैं पहली गंड छोड़ लगा, कटी होई उंगला ला हाथ उठे कमर बांधते आया है, बगैर दादा मैं पुटे आया, हाथ नहीं पुटा, लईना दा उसे तलवार दे नाल मैं हाथ छोड़ के हुसैन दी कलाई कटनी शुरू की थी, अदर नबियां च मातम होता रहा, मैं हुसैन दा हाथ कटदा रहा, लईना दा मैं हाथ कटे आया, ते दूजा हाथ हुसैन दा कमर बांधते आया है, बगैर दादा मैं हाथ पुटन दी कोशिश की थी, हाथ नहीं पटी जा कण कर बाओ जेड़ा दा रोवे नहीं आंदा, मैनू मजलूम दे छेकड़ी सही दे दी कसम है, बगैर दादा कमर बंद प्या रही, सैयदा दा कमर बंद दी लोड़ नहीं आदा लहन दे, सैयदा दा हया कर हुण लाना दे सा, हुण थोड़ी देर ते मेरी लाश ते मेरी सकीना आवा है, सैयदा दा थोड़ी देर ते मेरी लाश ते मेरियां बहणा आवा है, सैयदा दा थोड़ी देर ते मेरी लाश ते मेरियां जी बाबा जवानी नसीब होए। अकबर दा बाबा ज्यादा इज्जत देवी, सजाद दा बाबा वैन कबूल करी, मैं बिस्मिल्लाह करा जी बाबा, जी बाबा किसे गमे च न रोवे, मैं लखपरिया का जी बाबा, जी आखा जी आखा जी, फिर आग देना जी, मैं भावे करोड़ वारी पढ़ा तेरी जवानी दी कसम, इस मजलूम दा दूजा हाथ भी कटिया है, इवें कटण दे बाद पहली गंढ छोड़िए, या सामने नूर दी हमारी लथीए, त्रै मर्द निकले ना दा मैं डिठा है, नबियां दा सरदार इमाम लथा वे, नबी दे कमर दे हाथ न बैर निकल गया दा किथे लथा है, ना ना मिलना है, बिस्मिल्लाह करा बिस्मिल्लाह करा, सर झुका ला जी, मंगण का वाल नहीं आता, मैं बिस्मिल जी बाबा जी जी, ओ जवान जी लखवारिया का जी भलोने, ओ परदे सलामत रहन जी, बिस्मिल्ला जालिमा दा डर गया, बच्चिया दी जिंदगी होनी है, दा लाशा च छुप गया, अदा त्रै मर्द आए तेरा मातम दे दिले ते फिर तैयारी कर, अदा त्रै मर्द जेड़े वेले लाश ते आए न, कमर नबी दे झुकी हुई है, हुसैन दा नाना इवें नहीं सिर सुट नहीं सिर चा, नाना तेरे सिर चा वण दे वास्ते मैं अकबर दे पुत्र दिती बैठा, नाना मैनू एक गल दा जवाब दे, मातम दी तैयारी करी, पुछ मेरा लाल नाना, सवा लख नबी दा इम्तिहान होया होया, नबियां के आख्या पुत्र हुण आख्या बस हद मुक गई है, फरमाया नाना तेरी कसम है जिनू सारे आख्या हद मुक गई, अज फजर तो लैके हुण तक मैं उहनू आदाया मंगदा मैं तैनू देदा, नाना उस पास बाजू मंगे मैं दे छोड़े, नाना मेरी धी दे तोरन मैं दे, जी बाबा जी बाबा, ए फरायत नहीं तो होर के आका, मैं बिस्मिल्लाह करा मैं बिस्मिल्लाह करा, अल्लाह मातम कबूल करी, अकबर दा बाबा पुरसा कबूल करी जी बाबा जी, ओ जवान जी बाबा, ओ मौला पुरसा का जी, मैं लखवारी आका जी, आना जी आना, ओ मैं सदके जी, बिस्मिल्लाह करा जी, किसे का मैं तना रोवा, काबू करे से अपने आप नु ते एक सतर आखा, अल्लाह जानदा जिया लियो उस वेले जी, हुसैन दा नाना जिनू नबियां आख्या बस कर मैं उनू अदा आया मगदा, नाना कोई होर शाय बच गई है पुछ मैं देवा, सुन ले से उस वेले जबरईल मातम करदा लथा है, फरमाया नबियां दा सरदार अल्लाह प्या फरमांदा है, पुत्र नु आख मैं राजी आ, मेरी हर शाय बच गई आई, उस वेले नबी याद आए मैं राजी हो राजी तेरा
ਮੇਰਾ ਬਾਬਾ ਰਾਜ਼ੀ ਤੇ ਨਬੀ ਰਾਜ਼ਮ ਰਾਜ਼ੀ ਪੈਂਟ ਕਰ ਜਿਹੜਾ ਦਾ ਰੋਵੇ ਨਹੀਂ ਆਂਦਾ ਅੱਜ ਮੋਜ਼ਾ ਦੇਖੀ ਜਿਹੜੇ ਵੇਲੇ ਆਖਿਆ ਉਹ ਰਾਜ਼ੀ ਸਾਹਮਣੇ ਤਨੂਰ ਦੀ ਅਮਾਰੀ ਪਈ ਲੱਥੀ ਏ ਮਰੀਮ ਆਸੀਆ ਹਵਾ ਤੇ ਬਤੂਲ ਜਿਹੜੀ ਚੌਥੇ ਨੰਬਰ ਤੇ ਨਿਕਲੀ ਏ ਅੱਲਾ ਜਾਣਦਾ ਇਹਦਾ ਹੱਥ ਪਾਸੇ ਤੇ ਆਈ ਉਹ ਬੀਬੀ ਨੌ ਵਾਰੀ ਬੈਠੀ ਏ ਤੇ ਨੌ ਵਾਰੀ ਉੱਠੀ ਏ ਨੌਵੀਂ ਵਾਰੀ ਉੱਠੀ ਏ ਤੱਕੀ ਹੋਈ ਅੰਗਲ ਮਾਂ ਦੇ ਹੱਥ ਚ ਸਲਾਮਤ ਰੱਖ ਸੁਣ ਲਈ ਸੇ 17 ਕਦਮ ਤੇ ਮੁਹੰਮਦ ਦੀ ਧੀ ਸਾਹਮਣੇ ਰੁਕ ਗਈ ਬੀਬੀ ਫਰਮਾਇਆ ਹੁਸੈਨ ਮੈਂ ਸੁਣ ਲਿਆ ਜੇ ਸਾਰੇ ਰਾਜ਼ੀ ਨੀ ਹੁਸੈਨ ਮੇਰਾ ਉਧਾਰ ਲਹਾ ਤੈਨੂੰ ਇੱਕ ਜ਼ਰਬ ਜੋੜ ਟੁੱਟ ਗਏ ਅੰਮਾ ਮੇਰੇ ਸੱਜੇ ਦੇ ਜ਼ਖਮਾਂ ਚ ਹਵਾ ਜੀ ਬਾਬਾ ਜੀ ਬਾਬਾ17 ਕਦਮ ਤੇ ਬੀਬੀ ਖੜ ਗਈ ਏ ਤੇ ਇਵੇਂ ਝੋਲੀ ਬਣਾਈ ਏ ਮੇਰੇ ਪਾਸੇ ਵੇਖੀ ਜਿਹੜਾ ਬੰਦਾ ਅਜਾ ਤੈਨੂੰ ਰੋ ਸੰਗਿਆ ਬੀਬੀ ਇਵੇਂ ਪੁੱਤਰ ਦਾ ਝੋਲੀ ਬਣਾ ਗਿਆ ਜਿਹੜੇ ਜੋੜ ਟੁੱਟ ਗਏ ਆ ਮੈਂ ਝੋਲੀ ਚ ਸਮਾਵਾ ਪਤਾ ਨੀ ਹੁਸੈਨ ਨੂੰ ਵਸਦਾ ਵੇਲਾ ਯਾਦ ਆਇਆ ਅੱਲਾ ਜਾਣਦਾ ਸਿਰ ਦੇ ਬਗੈਰ ਸ਼ਬੀਰ ਦੀ ਲਾਸ਼ ਉੱਠ ਪਈ ਏ 17 ਕਦਮ ਹੁਸੈਨ ਮਾਦਰ ਤੁਰ ਖੁਦਾ ਜਾਣਦਾ ਧੀਆਂ ਦੇ ਪਰਦੇ ਉਹਨੇ ਬਾਬਾ ਜੀ ਸਾਹਮਣੇ ਮਾਂ ਦੇ ਆਖ ਲਏ ਤੇਰੀ ਜੱਜ ਦੀ ਕਸਮ ਏ ਪਤਾ ਨੀ ਮਾਂ ਨੂੰ ਕਿਹੜੀ ਹਾਲਤ ਚ ਬਿਠਾ ਏ ਹੁਸੈਨ ਕੱਟੇ ਹੋਏ ਹੱਥ ਮਾਰ ਤੋਂ ਲੁਕਾਏ ਨ ਰੋਵੀ ਨਾ ਮੈਨੂੰ ਇੱਕ ਗੱਲ ਦੱਸ ਸਾਲ ਦੋ ਸਾਲ ਬਾਅਦ ਮਾਂ ਪੁੱਤਰ ਨੂੰ ਮਿਲੇ ਕਿਹੜੀ ਜਾਂ ਚੁੰਮਦੀ ਏ ਅੱਲਾ ਜਾਣਦਾ ਪਾਵੇ ਉਰੀ ਆ ਦੇ ਪੈਰ ਰੁਖਸਾਰਾ ਪੁੱਤਰ ਦਾ ਨਾਲ ਕੋਈ ਨਾ ਹਾਂ ਦੀਦੀ ਆਦੀ ਹੱਥ ਵਧਾ ਮੈਂ ਹੱਥਾਂ ਤੇ ਬੋਸੇ ਦੇਵਾ ਸ਼ਬੀਰ ਮਾਂ ਦਾ ਅੱਖਾਂ ਮਨ ਕੇ ਕੱਟੇ ਹੋਏ ਹੱਥ ਵਾਹ 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 ਉਹ ਤੇਰਾ ਭਲਾ ਹੋਵੇ ਉਹ ਕਿਸੇ ਗਮੇ ਚ ਨਾ ਰੋਵੇ ਉਹ ਜਵਾਨੀਆਂ ਮਾਣ ਜੀ ਆਨਾ ਆਨਾ ਜ਼ਿੰਦਗੀ ਹੋਈ ਅੱਲਾ ਜਾਣਦਾ ਏ ਜੀ ਬਾਬਾ ਜੀ ਉਹ ਤੇਰੀ ਜਵਾਨੀ ਸਲਾਮਤ ਹੋਏ ਉਹ ਕਿਸੇ ਗਮੇ ਚ ਨਾ ਰੋਵੇ ਕੱਟੇ ਹੋਏ ਹੱਥ ਅੱਲਾ ਜਾਣਦਾ ਹੁਸੈਨ ਮਾਂ ਜੀ ਜੀ ਸੁਣ ਲਈ ਸੇ ਸੁਣ ਲੈ ਸੇ ਨਹੀਂ ਪੜਨੀ ਰਵਾਇਤ ਫਿਰ ਪੜਨ ਲੱਗਾ ਉਸ ਵੇਲੇ ਮੁਹੰਮਦ ਦੀ ਧੀ ਮੂੰਹ ਤੇ ਮਾਤਮ ਕੀਤਾ ਏ ਜੇ ਸੁਣ ਲੈ ਤੇ ਬੀਬੀ ਦੇ ਪਹਿਲੇ ਸੱਜੇ ਹੱਥ ਤੋਂ ਰੱਤ ਫਿਰ ਖੱਬੇ ਤੋਂ ਰੱਤ ਸ਼ਬੀਰਾ ਦਾ ਅੰਮਾ ਮੈਨੂੰ ਸ਼ਿਮਰ ਮਾਰਿਆ ਏ ਅੰਮਾ ਤੇਰੇ ਹੱਥਾਂ ਤੋਂ ਰੱਤ ਪਈ ਜਾ ਰਹੀ ਏ ਬੀਬੀ ਆ ਜੀ ਕੇ ਸਮਝੀ ਆਈ ਜਿੱਡਾ ਮਰੇ ਦਾ ਬੈਠਾ ਮੈਂ ਬੱਕੀਏ ਨਾ ਏ ਉਹ ਸਰਦਾ ਮਰੇ ਦਾ ਮੈਂ ਹੱਥ ਦੇ ਦੀ ਆਈ ਕੋਈ ਸੱਜੇ ਹੱਥ ਤੇ ਚੱਲ ਆਈ ਉਹ ਕੱਲਾ ਨਹੀਂ ਪੰਜ ਤਨ ਪਾ ਕਰਨ ਲੈ ਕੁਛ ਤੇਰਾ ਅਲਾ ਅਲਾਨਤੁਲਾ ਅਲਲ ਕੌਮ ਅਲਾਲਮੀ ਬਸ ਨਾ